ਬੀਤੇ ਦਿਨੀ ਮਿਤੀ 26 ਮਾਰਚ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲਿਆਂ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਪ੍ਰੇਮ ਨਾਲ ਮਨਾਇਆ ਗਿਆ। ਬਾਬਾ ਈਸ਼ਰ ਸਿੰਘ ਜੀ ਦਾ ਜਨਮ ਮਿਤੀ 26 ਮਾਰਚ 1913 ਨੂੰ ਪਿੰਡ ਚੋੜਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਜਨਮ ਦਿਹਾੜੇ ਦੇ ਮੌਕੇ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ, ਜਿਨ੍ਹਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਨਮ ਦਿਹਾੜੇ ਦੇ ਉਪਲਕਸ਼ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਅਤੇ ਇਸ ਮੌਕੇ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ, ਜੋ ਕਿ ਸੰਗਤਾਂ ਨੇ ਬੜੇ ਪਿਆਰ ਨਾਲ ਛਕੇ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਕੁਝ ਝਲਕੀਆਂ ਤੇ। ਵਾਹਿਗੁਰੂ ਗੁਰੂ
ਨਹੀਂ ਨਹੀਂ ਉਹਦੇ ਵਾਲਾ ਨਹੀਂ ਆਪਣਾ ਲਾਇਆ ਉਹਦੇ ਸਤਿ ਗੁਰ ਤੇ ਜੋ ਮੋਹ ਤੇ
ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ ਔਨ ਦੀ ਈਵ ਆਫ ਮਹਾਂਪੁਰਖ ਜਿਹੜੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਸਰ ਕਲੇਰਾਂ ਵਾਲੇ, ਜਿਨ੍ਹਾਂ ਦੀ ਯਾਦ ਦੇ ਵਿੱਚ, ਜਿਨ੍ਹਾਂ ਦੇ ਜਨਮ ਦੇ ਦਿਨ ਦੇ ਉੱਪਰ ਆਪਾਂ ਦੇਖ ਸਕਦੇ ਹਾਂ ਕਿ ਲੱਖਾਂ ਸੰਗਤਾਂ ਜਿਹੜੀਆਂ ਹੈਗੀਆਂ ਨਤਮਸਤਕ ਹੋ ਰਹੀਆਂ ਇਸ ਪਵਿੱਤਰ ਧਰਤੀ ਨੂੰ ਝੋਰੜਾਂ ਦੀ ਨੂੰ। ਔਰ ਆਪਾਂ ਅੱਜ ਬੈਠੇ ਹੈਗੇ ਹਾਂ ਜਨਮ ਸਥਾਨ ਦੇ ਬਿਲਕੁਲ ਸਾਹਮਣੇ, ਜਿੱਥੇ ਕੈਂਪ ਲੱਗਿਆ ਹੋਇਆ ਬਾਬੇ ਕੇ ਹੋਸਪਿਟਲ ਦੋਧਰ ਵਾਲਿਆਂ ਦਾ। ਬਾਬੇ ਕੇ ਹੋਸਪਿਟਲ ਜਿਹੜਾ ਕਿ ਇੱਕ ਲੰਬੇ ਸਮੇਂ ਤੋਂ ਸੇਵਾ ਦਾ ਕੇਂਦਰ ਬਣ ਕੇ ਸੇਵਾ ਕਰ ਰਿਹਾ ਹੈਗਾ। ਗੱਲ ਕਰ ਰਹੀ ਹੈ ਸੰਤ ਬਾਬਾ ਨਾਰ ਸਿੰਘ ਜੀ ਨੇ, ਜਿਹੜਾ ਬੂਟਾ ਲਗਾਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਮੈਡੀਕਲ ਕਾਲਜ, ਜਿਹਦੇ ਵਿੱਚ ਉਹਨਾਂ ਨੇ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਜਿਹੜੀ ਹੈਗੀ ਆ ਦੋਧਰ ਪਿੰਡ ਹੀ ਨਹੀਂ ਬਲਕਿ ਆਸ ਪਾਸ ਦੇ ਸਾਰੇ ਪਿੰਡਾਂ ਨੂੰ ਮੁਹੱਈਆ ਕੀਤੀ ਹੈ। ਔਰ ਉਹਦੇ ਵਿੱਚ ਹੀ ਆਪਾਂ ਦੇਖ ਸਕਦੇ ਹਾਂ ਕਿ ਜਿੰਨੇ ਵੀ ਪਿੰਡ ਨੇ ਉਹ ਇਸ ਜਗ੍ਹਾ ਤੋਂ ਫਾਇਦਾ ਲੈਂਦੇ ਨੇ। ਅੱਜ ਆਪਾਂ ਦੇਖ ਸਕਦੇ ਹਾਂ ਸਾਰੀਆਂ ਦਵਾਈਆਂ ਫ੍ਰੀ ਹੈ। ਤੁਸੀਂ ਦੇਖੋ ਕਿ ਡਾਕਟਰਾਂ ਦੀ ਟੀਮ ਬੈਠੀ ਹੈ। ਮੈਡਮ ਨਾਲ ਗੱਲ ਕਰਾਂਗੇ ਜਿਹੜੇ ਬੈਕਬੋਨ ਨੇ ਇਸ ਹੋਸਪਿਟਲ ਦੀ। ਮੈਡਮ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਹਿਕ ਹੈ। ਬਾਬੇ ਕੇ ਹੋਸਪਿਟਲ ਵਿਖੇ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੀ ਹਾਂ। ਅੱਜ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਡੇ ਨਾਨਕਸਰ ਵਾਲੇ ਬਾਬਾ ਜੀ ਦੀ ਭਗਤੀ ਦੌਰਾਨ ਇੱਥੇ ਅਸੀਂ ਸਾਡੇ ਬਾਬੇ ਕੇ ਹਸਪਤਾਲ ਵੱਲੋਂ ਕੈਂਪ ਲਗਾਇਆ ਗਿਆ, ਜਿਸ ਵਿੱਚ ਸਾਰੇ ਸਾਡੇ ਡਾਕਟਰਸ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਿਸ ਵਿੱਚ ਫ੍ਰੀ ਦਵਾਈਆਂ, ਸ਼ੂਗਰ ਟੈਸਟ, ਬਲੱਡ ਟੈਸਟ ਦੇ ਹੈਲਥ ਚੈੱਕਅਪ ਫ੍ਰੀ ਕੀਤੇ ਜਾਣਗੇ। ਕੀ ਕਹਿਣਾ ਚਾਹੋਗੇ ਕਿ ਬਾਬੇ ਕੇ ਹੋਸਪਿਟਲ ਦੋਧਰ, ਜਿਹੜਾ ਕਿ ਅਗਰ ਆਪਾਂ ਗੋਡੇ ਚੁੱਲ੍ਹੇ ਬਦਲਣ ਦੀ ਗੱਲ ਕਰ ਲਈਏ, ਆਪਾਂ ਆਪਰੇਸ਼ਨਸ ਦੀ ਗੱਲ ਕਰ ਲਈਏ, ਜਿਸ 'ਚ 20,000 ਰੁਪਏ 'ਚ ਆਪਰੇਸ਼ਨ ਹੋਈ ਜਾਂਦੇ ਆ, ਜਿਹੜੇ ਕਿ ਬਾਹਰ ਬਹੁਤ ਜ਼ਿਆਦਾ ਮਹਿੰਗੇ ਨੇ, ਕੀ ਕਹਿਣਾ ਚਾਹੋਗੇ ਕਿ ਇਹ ਇੱਕ ਬਾਬਾ ਜੀ ਦਾ ਮਾਇੰਡ ਹੈ ਕਿ ਅਸੀਂ ਇਸ ਹੋਸਪਿਟਲ ਸੇਵਾ ਕਰਨੀ ਆ ਔਰ ਸੇਵਾ ਨੂੰ ਲੈ ਕੇ ਹੀ ਇੱਥੇ ਰੇਟਸ ਨੇ? ਆਯੁਰਵੇਦ ਦਾ ਬਹੁਤ ਵੱਡਾ, ਪੰਚਕਰਮਾ ਦੀ ਗੱਲ ਕਰ ਲਈਏ, ਆਪਾਂ ਹੋਰ ਆਪਾਂ ਸੇਵਾਵਾਂ ਦੀ ਗੱਲ ਕਰ ਲਈਏ, ਆਯੁਰਵੇਦਿਕ ਦੀਆਂ ਤਾਂ ਸਾਰੀਆਂ ਸੇਵਾਵਾਂ ਇਸ ਹੋਸਪਿਟਲ ਦੇ ਵਿੱਚ ਨੇ ਔਰ ਡਾਕਟਰਾਂ ਦੀ ਮਸਤੱਦੀ ਹੈ। ਹਾਂਜੀ, ਸਾਡੇ ਹੋਸਪਿਟਲ ਵਿੱਚ ਸਾਰੇ ਜਿਹੜੀ ਜਨਰਲ ਸਰਜਰੀਆਂ ਨੇ 20,000 ਦੇ ਵਿੱਚ ਹੋ ਰਹੀਆਂ ਨੇ, ਜਿਸ ਵਿੱਚ ਦਵਾਈਆਂ ਅੰਡਰ ਪੈਕੇਜ ਹਨ, ਸਾਰਾ ਖਰਚਾ ਅੰਡਰ ਪੈਕੇਜ ਹੈ, ਕੋਈ ਬਾਹਰ ਵਾਂਗੂ ਰੇਟਸ ਨਹੀਂ ਹੈ। ਬਾਹਰ ਜਿਵੇਂ 30-35 ਹਜ਼ਾਰ ਵਿਖੇ ਸਰਜਰੀ ਹੋ ਰਹੀਆਂ, ਸਾਡੇ ਇੱਥੇ ਇਹੋ ਜਿਹਾ ਕੁਛ ਵੀ ਨਹੀਂ। 20,000 ਦੇ ਵਿੱਚ ਅਸੀਂ ਅੰਡਰ ਪੈਕੇਜ ਸਰਜਰੀਜ ਕਰ ਰਹੇ ਹਾਂ। ਜਿਹੜਾ ਚੂਲ੍ਹੇ ਬਦਲਣ ਦਾ ਇਲਾਜ ਆ ਉਹ ਕਾਰਡ ਵਿੱਚ ਫ੍ਰੀ ਹੋ ਰਿਹਾ। ਗੋਡੇ ਪੈਣ ਗੋਡੇ ਵੀ ਇੱਕ ਹਿਸਾਬ ਨਾਲ ਦੇਖ ਲਓ 1,70,000-70,000 'ਚ ਦੋਨੇ ਗੋਡੇ ਅਸੀਂ ਪਾ ਰਹੇ ਹਾਂ। ਦਰਸ਼ੋ, 1,70,000 'ਚ ਦੋਨੇ ਗੋਡੇ, ਜਿਹੜਾ ਕਿ ਇੱਕ ਬਹੁਤ ਵੱਡਾ ਸੇਵਾ ਹੈਗੀ ਆ। ਕੀ ਕਹਿਣਾ ਚਾਹੋਗੇ ਕਿ ਇੱਥੇ ਗੋਡੇ ਵੀ ਵਧੀਆ ਕੁਆਲਿਟੀ ਦੇ ਪੈਂਦੇ ਨੇ ਔਰ ਡਾਕਟਰ ਵੀ ਜਿਹੜੇ ਹੈਗੇ ਉਹਨਾਂ ਦਾ ਬਹੁਤ ਜ਼ਿਆਦਾ ਲੰਬਾ ਐਕਸਪੀਰੀਅੰਸ ਹੈ? ਹਾਂਜੀ, ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਡਾਕਟਰ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਬਹੁਤ ਸਾਰੇ ਪੇਸ਼ੈਂਟਸ ਆ ਕੇ ਇੱਥੋਂ ਗੋਡੇ ਦਾ ਆਪਰੇਸ਼ਨ ਕਰਵਾ ਕੇ ਜਾਂਦੇ ਹਨ ਅਤੇ ਵਧੀਆ ਉਹਨਾਂ ਦੀ ਪ੍ਰੋਗਰੈਸ ਹੈ। ਬੇਟਾ, ਜਿੱਦਾਂ ਮੰਮੀ ਸਾਰੀ ਜ਼ਿੰਦਗੀ ਸੇਵਾ ਕਰਦੀ ਹੈ ਹੋਸਪਿਟਲ ਦੇ ਵਿੱਚ ਔਰ ਤੁਸੀਂ ਵੀ ਨਾਲ ਆਇਓ, ਤੁਹਾਡਾ ਵੀ ਮਨ ਖੁਸ਼ ਹੁੰਦਾ ਕਿ ਮੈਂ ਵੀ ਸੇਵਾ ਕਰਾਂ ਜਾ ਕੇ? ਹਾਂਜੀ, ਮੇਰਾ ਵੀ ਮਨ ਕਰਦਾ ਮੈਂ ਵੀ ਸੇਵਾ ਕਰਾਂ ਜਾ ਕੇ।
ਉਸ ਮਹਾਨ ਸ਼ਖਸੀਅਤਾਂ ਦੇ ਨਾਲ ਜਿਹੜੇ ਕਿ ਸੰਤ ਬਾਬਾ ਨਾਰ ਸਿੰਘ ਜੀ ਦੇ ਬੇਟੀ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈਗੀ ਆ, ਔਰ ਬਾਬਾ ਜੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਹੁਣ ਮੌਜੂਦਾ ਮਹਾਂਪੁਰਖ ਸੰਤ ਬਾਬਾ ਕਪੂਰ ਸਿੰਘ ਜੀ ਜਿਸ ਤਰੀਕੇ ਨਾਲ ਬਾਬਾ ਜੀ ਦੇ ਲਾਏ ਹਰ ਬੂਟੇ ਨੂੰ ਅੱਗੇ ਵਧਾ ਰਹੇ ਨੇ, ਉਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਭੈਣ ਜੀ ਦਾ। ਔਰ ਸਾਡੇ ਨਾਲ ਬੈਠੇ ਨੇ ਮਾਤਾ ਜੀ ਜਿਹੜੇ ਉਹ ਬਾਬਾ ਕਪੂਰ ਸੰਤ ਬਾਬਾ ਕਪੂਰ ਸਿੰਘ ਜੀ ਦੇ ਧਰਮ ਪਤਨੀ ਨੇ, ਜਿਹੜੇ ਕਿ ਸੇਵਾ ਕਰਦੇ ਨੇ। ਔਰ ਪੂਰਾ ਆਪਾਂ ਦੇਖ ਸਕਦੇ ਹਾਂ ਜੀ, ਕੈਂਪ ਲੱਗਿਆ ਹੋਇਆ, ਅੱਜ ਸਾਰੇ ਸਮਾਗਮ ਹੋ ਰਹੇ ਆ, ਸੰਤ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਔਰ ਸਾਰੇ ਜਣੇ ਇੱਥੇ ਬਹੁਤ ਸ਼ਰਧਾ ਦੇ ਨਾਲ ਪਹੁੰਚੇ ਹੋਏ ਨੇ, ਕਿਉਂਕਿ ਬਾਬਾ ਜੀ ਖੁਦ ਜਿਹੜੇ ਹੈਗੇ ਆ ਉਹ ਫੋਰਨ ਦੇ ਵਿੱਚ ਧਰਮ ਪ੍ਰਚਾਰ ਲਈ ਗਏ ਹੋਏ ਨੇ। ਭੈਣ ਜੀ ਨਾਲ ਗੱਲ ਕਰਦੇ ਹਾਂ, ਭੈਣ ਜੀ ਸਵਾਗਤ ਆ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਉਹ ਆਪ ਜੀ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਆ, ਜਿਹਨੇ ਵਰਲਡ ਦੇ ਵਿੱਚ ਨਾਮ ਬਣਾਤਾ, ਦੋਦਰ ਪਿੰਡ ਦਾ ਨਾਮ ਜਿਹੜਾ ਬਾਬਾ ਜੀ ਦੇ ਨਾਮ ਦੇ ਨਾਲ ਲਿੱਤਾ ਜਾਂਦਾ, ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਆ। ਜਿੰਨੇ ਧਾਰਮਿਕ ਸਥਾਨ ਬਣੇ ਨੇ, ਆਪਾਂ ਗੱਲ ਕਰ ਲਈਏ ਪੰਜਾਬ ਦੀ, ਗੱਲ ਕਰ ਲਈਏ ਦਿੱਲੀ ਦੀ, ਗੱਲ ਕਰ ਲਈਏ ਏਅਰਪੋਰਟ ਦੇ ਕੋਲੇ, ਜਿੱਥੇ ਉਹਨਾਂ ਨੂੰ ਲੱਗਦਾ ਸੀਗਾ ਵੀ ਯਾਰ ਕਿਤੇ ਕਿਸੇ ਨੂੰ ਪ੍ਰੋਬਲਮ ਆਉਂਦੀ ਆ, ਉੱਥੇ ਕਹਿੰਦੇ ਜੀ ਬਣਾ ਦੇ ਗੁਰਦੁਆਰਾ। ਇੱਥੇ ਬਹੁਤ ਸਹੂਲਤਾਂ ਦਿੱਤੀਆਂ ਜੀ ਉਹਨਾਂ ਨੇ, ਬਹੁਤ ਭਲਾਈ ਦੇ ਕੰਮ ਕੀਤੇ। ਔਰ ਉਹਨਾਂ ਤੋਂ ਵਰਸਾਏ ਸੰਤ ਬਾਬਾ ਕਪੂਰ ਸਿੰਘ ਜੀ, ਜਿਹੜੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਚੱਲਦੇ ਹੋਏ ਅੱਜ ਸਾਰੇ ਵਰਲਡ ਦੇ ਵਿੱਚ ਆਪਣਾ ਨਾਮ ਬਣਾ ਰਹੇ ਨੇ, ਔਰ ਜਿਹੜੇ ਉਹਨਾਂ ਨੇ ਸਥਾਨ ਬਣਾਏ ਨੇ ਉਹਨਾਂ ਦੀ ਕਾਰ ਸੇਵਾ ਇੱਕ ਨਵੇਂ ਆਵਾਮ 'ਤੇ ਪਹੁੰਚ ਰਹੀ ਆ। ਬਾਬਾ ਜੀ ਬਹੁਤ ਸੇਵਾ ਤਹਿ ਦਿਲੋਂ ਆਪਣਾ ਨਿਭਾ ਰਹੇ ਆ। ਔਰ ਕੀ ਕਹਿਣਾ ਚਾਹੋਗੇ ਕਿ ਪਰਿਵਾਰ ਨੇ ਹਮੇਸ਼ਾ ਸਾਥ ਦਿੱਤਾ, ਬਾਬਾ ਜੀ ਘਾਲ ਨਾ ਘਾਲਦੇ ਸੀਗੇ, ਰਾਤ ਦਿਨ ਪਾਠ ਕਰਦੇ ਸੀਗੇ, ਘਰੋਂ ਬਾਹਰ ਰਹਿਣਾ, ਸੇਵਾ ਕਰਨੀ, ਔਰ ਪਰਿਵਾਰ ਨੇ ਪੂਰਾ ਸਾਥ ਦਿੱਤਾ। ਪਹਿਲਾਂ ਤੁਹਾਡੇ ਮਾਤਾ ਜੀ ਨੇ ਤੁਹਾਡੇ ਪਿਤਾ ਜੀ ਦਾ ਪੂਰਾ ਸਾਥ ਦਿੱਤਾ, ਹੁਣ ਤੁਹਾਡੇ ਭਾਬੀ ਜੀ ਜਿਹੜੇ ਹੈਗੇ ਨੇ ਉਹ ਬਾਬਾ ਜੀ ਦਾ ਪੂਰਾ ਸਾਥ ਦੇ ਰਹੇ। ਹਾਂਜੀ ਬਿਲਕੁਲ ਦੇ ਰਹੇ ਆ। ਹੁਣ ਅਸੀਂ ਚਾਹਾਂਗੇ ਕਿ ਦੋ ਮਿੰਟ ਆਪਾਂ ਭੈਣ ਜੀ ਨਾਲ ਵੀ ਗੱਲ ਕਰੀਏ। ਭੈਣ ਜੀ ਸਵਾਗਤ ਆ ਤੁਹਾਡਾ, ਕੀ ਕਹਿਣਾ ਚਾਹੋਗੇ ਕਿ ਸਾਰੀ ਜ਼ਿੰਦਗੀ ਲਗਾਈ ਆ ਬਾਬਾ ਜੀ ਨੇ, ਔਰ ਤੁਸੀਂ ਆਪਣੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਹੋ, ਕੀ ਕਹਿਣਾ ਚਾਹੋਗੇ? ਸਾਰਾ ਕੁਛ ਪਿਤਾ ਜੀ ਦੀ ਕਿਰਪਾ ਨਾਲ ਹੀ ਆ, ਉਨੀ ਕੀ ਕਿਰਪਾ ਸੀ ਸਜੇ ਹਮ ਹੈ, ਸਭ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਆ, ਉਹਨਾਂ ਦੀ ਸ਼ਕਤੀ ਉਹ ਹਾਜ਼ਰ ਨਾਜ਼ਰ ਨੇ, ਹੁਣ ਵੀ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਅਨੁਸਾਰ ਹੀ ਚੱਲ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸੇਵਾ ਉਹਨਾਂ ਨੇ ਲਗਾਈ ਹੈ ਉਹ ਸੇਵਾ ਉਦੋਂ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਵੇਂ ਬਾਬਾ ਜੀ ਨੇ ਪੂਰਨੇ ਪਾਏ ਸੀ ਚੱਲ ਰਹੀ ਹੈ। ਹਾਂਜੀ ਉੱਦਾਂ ਹੀ ਚੱਲ ਰਹੀ ਆ, ਉਹ ਸਾਡੇ ਅੰਗ ਸੰਗ ਨੇ ਅਤੇ ਉਹ ਸਾਰੀ ਸੇਵਾ ਨਿਭਾ ਰਹੇ ਆ। ਰਾਜਾ ਵਾਲਾ ਜਿਹੜਾ ਕੈਂਪ ਲੱਗਿਆ ਜਿੱਥੇ ਫ੍ਰੀ ਦਵਾਈਆਂ ਮਿਲ ਰਹੀਆਂ, ਆਪਾਂ ਦੇਖ ਰਹੇ ਹਾਂ ਲੋਕ ਪੇਸ਼ੈਂਟ ਜਿਹੜੇ ਹੈਗੇ ਆ ਰਹੇ ਨੇ, ਫ੍ਰੀ ਦਵਾਈਆਂ ਲੈ ਰਹੇ ਨੇ, ਫ੍ਰੀ ਲੰਗਰ ਦਾ ਜਿਹੜਾ ਲੰਗਰ ਦਾ ਪ੍ਰਵਾਹ ਹੋ ਰਹੇ ਨੇ, ਔਰ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਧਾਰਮਿਕ ਵਾਈਬ੍ਰੇਸ਼ਨਾਂ ਵੀ ਹੈਗੀਆਂ। ਹਾਂਜੀ ਸਭ ਕੁਛ ਉਹਨਾਂ ਦੀ ਕਿਰਪਾ ਨਾਲ ਹੀ ਚੱਲ ਰਿਹਾ, ਉਹਨਾਂ ਨੇ ਬੂਟਾ ਲਾਇਆ, ਅਸੀਂ ਉਹਨਾਂ ਨੂੰ ਅੱਗੇ ਵਧਾ ਰਹੇ ਹਾਂ, ਉਹਨਾਂ ਦੀ ਫੁਲਵਾੜੀ ਆ, ਉਹਨਾਂ ਦੇ ਹੀ ਸਾਰੇ ਕੰਮ ਨੇ, ਸਾਰੇ ਪਿਤਾ ਜੀ ਦੀ ਕਿਰਪਾ ਨਾਲ ਹੀ ਸਭ ਕੁਛ ਹੋ ਰਿਹਾ। ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਆਪਣੇ ਇੱਥੇ ਗੁਰਦੁਆਰੇ ਦੇ ਵਿੱਚ ਮੈਡੀਕਲ ਕੈਂਪ ਲਗਾ ਰਹੇ ਹਾਂ। ਸਾਡੇ ਕਾਲਜ ਦਾ ਅਤੇ ਹੋਸਪਿਟਲ ਦਾ ਨਾਮ ਹੈਗਾ ਜੀ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹੋਸਪਿਟਲ, ਇਹ ਦੋਦਰ ਵਿਖੇ ਹੈਗਾ ਜੀ, ਪਿੰਡ ਦੋਦਰ ਵਿਖੇ। ਇੱਥੇ ਆਪਣਾ ਮੈਡੀਕਲ ਕੈਂਪ ਲੱਗ ਰਿਹਾ ਜੀ, ਇੱਥੇ ਬਹੁਤ ਵਧੀਆ ਸੁਵਿਧਾ ਹੋ ਰਹੀਆਂ ਨੇ, ਇੱਥੇ ਬਲੱਡ ਸ਼ੂਗਰ ਦਾ ਟੈਸਟ ਫ੍ਰੀ ਹੋ ਰਿਹਾ, ਬੀਪੀ ਚੈੱਕ ਹੋ ਰਿਹਾ ਜੀ, ਬਾਕੀ ਜਿੰਨੀਆਂ ਵੀ ਪ੍ਰੋਬਲਮ ਆਪਣੀਆਂ, ਜਿੰਨੀਆਂ ਬਿਮਾਰੀਆਂ ਆ ਉਹਦਾ ਇਲਾਜ ਆਪਣਾ ਕਰਦੇ ਆ ਘੱਟ ਘੱਟ ਰੇਟਾਂ 'ਤੇ, ਅਤੇ ਆਪਣੇ ਦਵਾਈਆਂ ਵੀ ਫ੍ਰੀ ਦੇ ਰਿਹਾ ਜੀ ਅੱਜ ਇੱਥੇ। ਉਹ ਓ ਟੀ ਬਣਿਆ ਹੋਇਆ ਹੈ, ਅਤੇ ਬਾਕੀ ਆਪਣਾ ਆਯੁਰਵੈਦਿਕ ਟ੍ਰੀਟਮੈਂਟ ਵੀ ਹੁੰਦਾ ਜੀ, ਇੱਥੇ ਸਰਜਰੀ ਬਹੁਤ ਵਧੀਆ ਹੁੰਦੀ ਹੈ ਘੱਟ ਰੇਟ 'ਤੇ, ਅਤੇ ਜਿਨ੍ਹਾਂ ਦਾ ਆਪਣਾ ਕਾਰਡ ਵਗੈਰਾ ਬਣਿਆ ਆ ਉਹਦੇ 'ਤੇ ਵੀ ਬਣਿਆ, ਮਤਲਬ ਕਿ ਘੱਟ ਰੇਟ 'ਤੇ ਆਪਣਾ ਆਪਰੇਸ਼ਨ ਹੋ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜੀ ਇੱਥੇ ਇੱਕ ਪੰਚਕਰਮਾ ਆਪਣਾ ਥੈਰੇਪੀ ਹੁੰਦੀ ਹੈ, ਪੰਚਕਰਮਾ ਸੈਂਟਰ ਹੈ ਜੀ, ਆਪਣਾ ਆਯੁਰਵੈਦ ਦੇ ਵਿੱਚ ਸਰਜਰੀ ਹੁੰਦੀ ਆ ਵੀ ਜਿਹਨੂੰ ਸ਼ਾਰ ਸੁਸਰ ਕਹਿ ਦਿੰਦੇ ਆ, ਅਤੇ ਬਾਕੀ ਆਪਣੇ ਇੱਥੇ ਲੇਬਰ ਲੈਬੋਰਟਰੀ ਵੀ ਹੈਗੀ ਆ ਵੀ ਜਿਹੜੇ ਆਪਣੇ ਬਲੱਡ ਟੈਸਟ ਆ ਉਹ ਵੀ ਬਹੁਤ ਘੱਟ ਰੇਟਾਂ 'ਤੇ ਕਰਦੇ ਆ, ਅਤੇ ਆਪਣੇ ਇੱਥੇ ਜਿਹੜੇ ਡਾਕਟਰਸ ਨੇ ਸਾਰੇ ਉਹ ਬਹੁਤ ਵਧੀਆ ਨੇ, ਉਹਨਾਂ ਦਾ ਬਿਹੇਵੀਅਰ ਬਹੁਤ ਵਧੀਆ, ਬਾਕੀ ਉਹਨਾਂ ਨੂੰ ਮਤਲਬ ਕਿ ਵਧੀਆ। ਤੁਸੀਂ ਜੇ ਆਪਣੇ ਇੱਥੇ ਵਿਜ਼ਿਟ ਕਰੋਗੇ ਤੁਹਾਨੂੰ ਇਹ ਨਹੀਂ ਲੱਗੇਗਾ ਵੀ ਆਪਾਂ
ਅਸੀਂ ਗਲਤ ਕੀਤਾ ਕੁਛ ਨਹੀਂ ਕੀਤਾ, ਵੀ ਤੁਸੀਂ ਇੱਕ ਵਾਰੀ ਇੱਥੇ ਪਹੁੰਚ ਕੇ ਆਪਣਾ ਜ਼ਰੂਰ ਆਪਣਾ ਇੱਥੇ ਟਾਈਮ ਦਿਓ ਅਤੇ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਜੀ। ਅਤੇ ਇੱਕ ਵਾਰ ਧੰਨਵਾਦ ਜੀ ਸਾਰਿਆਂ ਦਾ ਵੀ ਆਪਾਂ ਇੱਥੇ ਗੁਰਦੁਆਰੇ ਵਿੱਚ ਪਹੁੰਚੇ ਹਾਂ, ਵੀ ਆਪਣਾ ਆਪਣਾ ਕੈਂਪ ਲਾ ਰਹੇ ਹਾਂ, ਵੀ ਆਪਾਂ ਹੋਰ ਵੀ ਵੱਖ ਵੱਖ ਜਗ੍ਹਾ 'ਤੇ ਕੈਂਪ ਲਗਾਉਂਦੇ ਹਾਂ, ਅਤੇ ਆ ਪਿਛਲੇ ਹਫ਼ਤੇ ਵੀ ਕੈਂਪ ਲੱਗਾ ਸੀਗਾ, ਅੱਜ ਇੱਥੇ ਲਗਾਇਆ ਆਪਾਂ, ਵੀ ਦੇਖੋ ਤੁਹਾਡੇ ਸਾਹਮਣੇ ਵੀ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ, ਅਤੇ ਦੇਖੋ ਪੇਸ਼ੈਂਟ ਆਪਣੇ ਵਧੀਆ ਆ ਰਹੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੰਸਥਾ ਵੱਲੋਂ ਉੱਥੇ ਲੰਗਰ ਵੀ ਲਗਾ ਜਿਹਨਾਂ ਹੇਠ ਅਸੀਂ ਸੇਵਾ ਕਰ ਰਹੇ ਹਾਂ ਜੀ, ਸਾਡੀ ਸਾਰੀ ਟੀਮ ਦੀ ਲੰਗਰ ਵੀ ਚੱਲ ਰਿਹਾ ਨਿੱਤ ਪਰ ਹਰ ਸਾਲ ਸਾਰੀ ਰਾਤ ਸੁਬਹਾ ਸਾਡੇ ਚੱਲ ਰਿਹਾ ਜੀ, ਜਿਹੜਾ
ਹੈ ਜੀ, ਮਾਤਾ ਜੀ ਚਰਨ ਦੀ ਖੁਸ਼ੀ ਵਿੱਚ ਜੀ ਸਾਰਾ ਲੰਗਰ ਫਰੀ ਹੈ ਜੀ। ਸੇਵਾਦਾਰ ਦੀ ਆਪਾਂ ਗੱਲ ਕਰ ਲਈਏ ਤਾਂ ਸੇਵਾਦਾਰ ਜਿਹੜੇ ਹੈਗੇ ਨੇ ਉਹ ਮੁਕਤੀ ਦੇ ਸੇਵਾ ਕਰ ਰਹੇ ਨੇ ਬਹੁਤ ਲੰਬੇ ਸਮੇਂ ਤੋਂ, ਜਿਹੜਾ ਹੈਗਾ ਸੇਵਾਦਾਰ ਜਿਹੜੇ ਹੈਗੇ ਇਸ ਸਮਾਜ ਨੂੰ ਵਿਆਹ ਵਾਂਗੂ ਮੰਨਦੇ ਆ ਔਰ ਝੋਟਾਂ ਦੀ ਸੰਗਤ ਬਹੁਤ ਜ਼ਿਆਦਾ ਜੁੜੀ ਆ ਨਾਲ। ਬਿਲਕੁਲ ਜੀ, ਸਭ ਤੋਂ ਪਹਿਲਾਂ ਝੋਟ ਆ ਸਾਰੇ ਦੇਖੋ ਮੈਨੂੰ ਬਾਬੇ ਦੇ ਜੰਮੂ ਵਧਾਈਆਂ ਜੀ ਔਰ ਸਾਡੇ ਕੋਲ ਇਹ ਸੱਚ ਸਫਾਈ ਹੈ ਜੀ ਸਾਰੇ ਨੌਜਵਾਨ ਵੀਰ ਬਹੁਤ ਹੁੰਮ ਹੁਮਾ ਕੇ ਸੇਵਾ ਕਰ ਰਹੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।